ਭਾਰਤੀ ਟੀਮ ਦੇ ਧਾਕੜ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਕੁਝ ਦਿਨਾਂ ਤੋਂ ਸੁਰਖੀਆਂ 'ਚ ਹਨ। ਉਹਨਾਂ 'ਤੇ ਉਹਨਾਂ ਦੀ ਪਤਨੀ ਨੇ ਬਹੁਤ ਵੱਡੇ ਵੱਡੇ ਦੋਸ਼ ਲਗਾਏ ਸਨ, ਪਰ ਉਸ ਤੋਂ ਕੁਝ ਹੀ ਦਿਨਾਂ ਬਾਅਦ ਸ਼ਮੀ ਦਾ ਐਕਸੀਡੈਂਟ ਹੋ ਗਿਆ, ਜਿਸ 'ਚ ਉਹ ਵਾਲ ਵਾਲ ਬਚੇ, ਪਰ ਇਸ ਐਕਸੀਡੈਂਟ ਦੌਰਾਨ ਉਹਨਾਂ ਦੇ ਸਿਰ 'ਤੇ ਸੱਟ ਲੱਗ ਗਈ। ਇਸ ਘਟਨਾ ਦੇ ਬਾਅਦ CMI ਹਸਪਤਾਲ ਵਿੱਚ ਇਲਾਜ ਕਰਨ ਵਾਲੇ ਸਰਜਨ ਡਾਕਟਰ ਤਰੁਣ ਜੈਨ ਦਾ ਕਹਿਣਾ ਹੈ ਕਿ ਇਹ ਵੱਡੀ ਸੱਟ ਤਾਂ ਨਹੀਂ ਹੈ, ਪਰ ਇਸ ਤੋਂ ਉੱਭਰਨ ਵਿੱਚ ਕਰੀਬ 10-20 ਦਿਨਾਂ ਦਾ ਸਮਾਂ ਜ਼ਰੂਰ ਲੱਗੇਗਾ। ਇਸ ਦੌਰਾਨ ਉਹ ਹਾਲੇ ਪ੍ਰੈਕਟਿਸ ਨਹੀਂ ਕਰ ਸਕਣਗੇ ਅਤੇ ਉੱਧਰ 7 ਅਪ੍ਰੈਲ ਤੋਂ 27 ਮਈ ਤੱਕ IPL ਮੈਚ ਹੋਣੇ ਹਨ। ਅਜਿਹੇ ਵਿੱਚ ਹੁਣ ਸ਼ਮੀ ਦਾ ਪੂਰੀ ਤਰ੍ਹਾਂ ਠੀਕ ਹੋਣਾ ਉਹਨਾਂ ਦੇ ਖੇਡ ਵਿੱਚ ਅੜਚਣ ਪੈਦਾ ਕਰ ਸਕਦਾ ਹੈ।